ਮਨਜੀਤ ਕੌਰ ਨੂੰ ਪਾਸੀ ਨਹੀਂ ਪਾਉਣ ਦੇ ਲਈ ਵੱਧਾ ਹੋਇਆ ਮੈਦਾਨ ਦੇ ਵਿੱਚ ਰੇਡ ਪੈਂਦੀ ਹੋਈ ਅਗਲੀ ਰੇਡ ਇਸਵੇਂ ਪਾਲੀ ਦੀ ਪਈ ਹੋਈ ਬੂਟਾ ਸਿੰਘ ਜੀ ਪੱਠੀ ਆਰਪੀਐਮ ਵੱਲੋਂ $800 ਦੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਫਤਿਹਗੜ੍ਹ ਛੰਨਾ ਦੀ ਧਰਤੀ ਦਾ ਪਾਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚੋਲੇ ਵਾਲਾ ਅਰਸ਼ ਇਹ 800 ਖੇਡ ਮੈਦਾਨ ਦੇ ਵਿੱਚ ਲਾ ਪਈ ਹੋਈ ਕਬੱਡੀ ਤੇ ਸੁਖਮੰਦਾ ਵੀਰ ਖੇਡ ਕਬੱਡੀ ਦਾ ਡੀਡੀਓ ਕਰਦਾ ਟਰਾਈ ਰੱਖਣ ਦੀ ਡੱਕਣ ਦੀ ਧਰਤੀ ਦਾ ਪਾਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਚੋਲੇ ਵਾਲਾ ਅਰਸ਼ 800 ਖੇਡ ਮੈਦਾਨ ਦੇ ਵਿੱਚ ਲਾ ਪਈ ਹੋਈ ਕਬੱਡੀ ਤੇ ਸੁਖਮੰਦਾ ਵੀਰ ਖੇਡ ਕਬੱਡੀ ਦਾ ਡੀਡੀਓ ਕਰਦਾ ਟਰਾਈ ਰੱਖਣ ਦੀ ਡੱਕਣ ਦੀ ਤੇ ਮੈਂ ਵੀ ਚੜਦਾ ਪੁੱਤ ਹਾਂ ਮਨਪ੍ਰੀਤ ਚੀਮਾ ਤੇ ਕਰਨ ਸੰਧੂ ਸਾਡੇ ਵੀਰ ਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਗੋਰਾ ਅੱਗੇ ਨੂੰ ਵਧਦਾ ਹੋਇਆ ਸਰਦਾਰ ਜਬਰ ਸਿੰਘ ਜੀ ਗਰੇਵਾਲ ਜੀਤੀ ਗਰੇਵਾਲ ਜਿਨ੍ਹਾਂ ਨੇ ਪਹਿਲਾ ਪ੍ਰਾਈਜ਼ ਦੇਣਾ ਅੱਜ ਦੇ ਇਸ ਕਬੱਡੀ ਕੱਪ ਦਾ ਮੇਰੇ ਵੀਰੋ ਜਬਰ ਸਿੰਘ ਜੀ ਗਰੇਵਾਲ ਜੀਤੀ ਗਰੇਵਾਲ ਓਂਕਾਰ ਸਿੰਘ ਜੀ ਹਰ ਸਾਹਿਬ ਵਾਲੇ ਕੁਲਦੀਪ ਰਾਜ ਉਹਨਾਂ ਦਾ ਧੰਨਵਾਦ ਹੈ ਜਬਰ ਸਿੰਘ ਜੀ ਗਰੇਵਾਲ ਜੀਤੀ ਗਰੇਵਾਲ ਓਂਕਾਰ ਸਿੰਘ ਜੀ ਹਰ ਸਾਹਿਬ ਵਾਲੇ ਕੁਲਦੀਪ ਰਾਜ ਉਹਨਾਂ ਦਾ ਧੰਨਵਾਦ ਹੈ ਨੌਜਵਾਨ ਦੇ ਲਈ ਮਾਨ ਸਨਮਾਨ ਪੇਸ਼ ਕਰਦੇ ਆ ਅਗਲੀ ਕਬੱਡੀ ਪਾਉਣ ਦੇ ਲਈ ਸਿੱਖ ਸਰਦਾਰ ਗੱਭਰੂ ਲਓ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੁਣ ਪਈ ਹੋਈ ਕਬੱਡੀ ਨੂੰ ਕੌਣ ਠੱਲ ਪਾਉਣਾ ਗੱਲ ਸਮੇਂ ਦੀ ਹੋਣੀ ਹੈ ਲਓ ਪਈ ਹੋਈ ਕਬੱਡੀ ਤੇ ਚੋਲੇ ਦੀ ਧਰਤੀ ਦਾ ਸੁਖਮੰਦਾ ਵੀਰ ਮਾਝੇ ਦਾ ਸਿਰ ਕੱਟ ਮਝਾਲ ਸਮੇਂ ਵੀ ਹੋਣੀ ਹੈ ਲਓ ਪਈ ਹੋਈ ਕਬੱਡੀ ਤੇ ਚੋਲੇ ਦੀ ਧਰਤੀ ਦਾ ਸੁਖਮੰਦਾ ਵੀਰ ਮਾਝੇ ਦਾ ਸਿਰ ਕੱਟ ਮਝਾਲ ਕਬੱਡੀ ਖਿਡਾਰੀ ਮੈਦਾਨ ਦੇ ਅੰਦਰ ਕਬੱਡੀਆਂ ਨੇ ਚੜ ਚੜ ਕੇ ਆਹ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਹਰ ਰਿਕਾਰਡ ਪੈਦਾ ਕਰਨ ਵਾਲਾ ਖਿਡਾਰੀ ਕਬੱਡੀਆਂ ਨੇ ਚੜ ਚੜ ਕੇ ਆਹ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਹਰ ਰਿਕਾਰਡ ਪੈਦਾ ਕਰਨ ਵਾਲਾ ਖਿਡਾਰੀ ਚਰਨਜੀਤ ਸਿੰਘ ਜੀ ਨਿਰਵਾਣ ਟਰਾਂਸਪੋਰਟ ਤੋਂ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਨਿਰਵਾਣ ਟਰਕਿੰਗ ਦੇ ਮਾਲਕ ਨੇ ਚਰਨਜੀਤ ਸਿੰਘ ਜੀ ਸਨਮਾਨ ਕੀਤਾ ਜਾ ਰਿਹਾ ਮੁੱਖ ਮੰਚ ਦੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸ਼ਖਸੀਅਤਾਂ ਦਾ ਨਾਲ ਦੀ ਨਾਲ ਇਹਨਾਂ ਦੇ ਮਾਨ ਸਨਮਾਨ ਗੁਰਦੇਵ ਦੇਵਾ ਜੀ ਚਮੇਰੇ ਵਾਲਿਆਂ ਦਾ ਬਹੁਤ ਵੱਡਾ ਰੋਲ ਇਸ ਕਬੱਡੀ ਕੱਪ ਨੂੰ ਕੰਮ ਸਨਮਾਨ ਕੀਤਾ ਜਾ ਰਿਹਾ ਮੁੱਖ ਮੰਚ ਦੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸ਼ਖਸੀਅਤਾਂ ਦਾ ਨਾਲ ਦੀ ਨਾਲ ਇਹਨਾਂ ਦੇ ਮਾਨ ਸਨਮਾਨ ਗੁਰਦੇਵ ਦੇਵਾ ਜੀ ਚਮੇਰੇ ਵਾਲਿਆਂ ਦਾ ਬਹੁਤ ਵੱਡਾ ਰੋਲ ਇਸ ਕਬੱਡੀ ਕੱਪ ਨੂੰ ਕੰਮ ਹਲਕੇ ਜੇ ਟੱਚ ਤੋਂ ਬਾਅਦ ਸ਼ੰਕਰ ਨੰਬਰ ਜੋੜਦਾ ਹੋਇਆ ਤੇ ਅਗਲੀ ਰੇਡ ਫਿਰ ਹਰਜੋਤ ਸਿੱਖ ਸਰਦਾਰ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਪੰਡਾਲਾਂ ਵਾਲਾ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਤੇ ਕੌਣ ਲਾਊਗਾ ਜੱਫਾ ਚਾਰ ਬੰਨੇ ਪਰ ਬੰਨੇ ਕਬੱਡੀ ਖਿਡਾਰੀਆਂ ਦੇ ਵਿੱਚੋਂ ਕਹਿੰਦੇ ਦੇਬਾ ਤੇ ਜੱਸਾ ਵੀ ਮਹਾਨ ਜਾਫੀ ਸੀ ਉਸੇ ਪਿੰਡ ਦਾ ਸੀ ਰਾਣਾ ਜਿਹੜਾ ਸਾਹ ਜਾਫੀ ਸੀ ਕਰ ਗਿਆ ਜੋ ਸੁੱਖਾ ਪੰਡਾਲ ਹੋਣਾ ਕਿਸੇ ਕੋਲੋਂ ਉਹ ਨਾ ਲਓ ਇਧਰਲੇ ਪਾਸੇ ਅਰਸ਼ ਜਾਫੀ ਸੀ ਉਸੇ ਪਿੰਡ ਦਾ ਸੀ ਰਾਣਾ ਜਿਹੜਾ ਸਾਹ ਜਾਫੀ ਸੀ ਕਰ ਗਿਆ ਜੋ ਸੁੱਖਾ ਪੰਡਾਲ ਹੋਣਾ ਕਿਸੇ ਕੋਲੋਂ ਉਹ ਨਾ ਲਓ ਇਧਰਲੇ ਪਾਸੇ ਅਰਸ਼ ਪੁਆਇੰਟ ਆਫ ਟੀਮ ਦੇ ਸੇ ਜੁੜ ਗਿਆ ਅਗਲੀ ਕਬੱਡੀ ਪਾਲੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਨਿਊਯਾਰਕ ਮਿਸੀਸਿਪੀ ਦੀ ਟੀਮ ਹੈ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਪਈ ਹੋਈ ਕਬੱਡੀ ਇਹ ਹੈ ਨੌਜਵਾਨ ਗੱਭਰੂ ਪਾਲੀ ਫਤਿਹਗੜ੍ਹ ਛੰਨਾ ਵਾਲਾ ਇਸੇ ਸ਼ਹਿਰ ਦਾ ਵਸਨੀਕ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੁੱਛਾ ਪਿੰਡ ਦਾ ਮਰ ਜਾਣੇ ਮਾਨਾ ਕਿਉਂ ਪੰਜਾਬ ਜਾਂਦਾ ਖੇਡਦਾ ਚੋਲੇ ਦੀ ਧਰਤੀ ਦਾ ਅਰਸ਼ ਨੌਜਵਾਨ ਗੱਭਰੂ ਕਰਦਾ ਟਰਾਈ ਸੁਖਮੰਦਾ ਛੋਟਾ ਵੀਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਓ ਤਗੜਾ ਜਾਫੀ ਖੇਡ ਕਬੱਡੀ ਦਾ ਵੱਡਾ ਮੱਲ ਮਰ ਜਾਣੇ ਮਾਨਾ ਕਿਉਂ ਪੰਜਾਬ ਜਾਂਦਾ ਖੇਡਦਾ ਚੋਲੇ ਦੀ ਧਰਤੀ ਦਾ ਅਰਸ਼ ਨੌਜਵਾਨ ਗੱਭਰੂ ਕਰਦਾ ਟਰਾਈ ਸੁਖਮੰਦਾ ਛੋਟਾ ਵੀਰ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਓ ਤਗੜਾ ਜਾਫੀ ਖੇਡ ਕਬੱਡੀ ਦਾ ਵੱਡਾ ਮੱਲ ਸਾਉਣ ਹੁੰਦੀ ਐਨ ਕਹਿੰਦੇ ਵੀ ਗੜਕ ਪੈਣ ਵਾਲੀ ਗੱਲ ਬਣਦੀ ਹੈ ਇਕਬਾਲ ਗਾਲਬ ਜੀ ਉਹਨਾਂ ਦਾ ਕ੍ਰਸ਼ੀਨ ਦੇ ਕਾਲੇ ਦਾ ਗੁਰਵਿੰਦਰ ਘਰਾਉਰ ਪਰਤਾ ਜੀਵਾ ਸਾਡੀ ਖੇਡ ਕਬੱਡੀ ਦੇ ਜਿੰਨੇ ਬੁਲਾਰੇ ਆਪੋ ਆਪਣਾ ਰੋਲ ਅਦਾ ਕਰ ਰਹੇ ਨੇ ਆਹ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਇਹ ਹੈ ਹਰਜੋਤ ਅਤੇ ਅਰਸ਼ ਦਾ ਮੁਕਾਬਲਾ ਬਹੁਤ ਵਧੀਆ ਪੁਆਇੰਟ ਚ ਆਹ ਰੇਡ ਪਾਉਣ ਦੇ ਲਈ ਮੈਦਾਨ ਦੇ ਵਿੱਚ ਵੱਧਦਾ ਹੋਇਆ ਇਹ ਹੈ ਹਰਜੋਤ
अर्श का मुकाबला बहुत वधिया पॉइंट कामयाब हुंदा होया ते पटियाले वाले भी अगली रेड दे मगी जिन्ने दा फेल आवेगा उन्ने 100 डॉलर लश्कर गिल ते साडे हरमीत अलख जी उहनां वल्लों होणगे किते मनी जिन्ने दा फेल आवेगा क्योंकि गिल ते मल्लियां लागे लागे पिंड ने इहनां दा गवांडी पिंड है मनी जिन्ने दा फेल आवेगा दा अर्श चोला साहब दा दा डीडीओ खेड कबड्डी दा हुण देखदे विच कबड्डी 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 होई पई आ तोड़े अर्श रिकॉर्ड नहीं कोई कम है ओले दा आ रिकॉर्ड पैदा करन वाला खड़ा नहीं वाह ओ सोणिया इहनूं कहंदे ने कि अर्श करदा ट्राई डक्कण दी रक्कण दी पण 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 अर्श चोला साहब वाला कुलदीप बड़ाए दा भी 23 तरीक भज्जी आ रही है मेरे वीरो सांझा कबड्डी कप हो गया साल लो पई हिक कबड्डी ते चोले दी धरती दा अर्श करदा ट्राई डक्कण दी रक्कण दी पण 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 अर्श चोला साहब वाला कुलदीप बड़ाए दा भी धन्यवाद वीर अगली बोलो आओ अगली कबड्डी पाउंदे सरहाली मंड वाला गोरा आ लोकी खड़खड़ वेखण गबरू खेडण जदों कबड्डी कोई खड़ के कोई बैठ के खेड कबड्डी दा आनंद माणदा हुण डेढ़ियो चढ़ गया राशन पानी लैके इधरे पासे पण अर्श चोला साहब आ ओ सोणे चोले दी धरती दा अर्श कबड्डी कोई खड़ के कोई बैठ के खेड कबड्डी दा आनंद माणदा हुण डेढ़ियो चढ़ गया राशन पानी लैके इधरे पासे पण अर्श चोला साहब आ ओ सोणे चोले दी धरती दा अर्श।